ਸੋ ਪੰਜਾਬ ਹੈਡਲਾਈਨ ਦੀ ਟੀਮ ਤੁਹਾਡਾ ਸਵਾਗਤ ਕਰਦੀ ਹੈ ਤੇ ਇੱਕ ਵਾਰ ਫਿਰ ਦਿਖਾ ਰਹੇ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਉਹ ਬੱਚੇ ਨੇ ਜਿਹੜੇ ਖੁਦ ਖਾ ਨਹੀਂ ਸਕਦੇ ਔਰ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਸਮਾਜ ਨੇ ਜਿਹੜਾ ਆ ਨਕਾਰਤਾ ਆ ਅਗਰ ਗੱਲ ਕੀਤੀ ਜਾਵੇ ਇੱਥੇ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਬੱਚੇ ਜਿਨ੍ਹਾਂ ਨੂੰ ਖੁਦ ਖਵਾਉਣਾ ਪੈ ਰਿਹਾ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਹਰ ਚੀਜ਼ ਨੂੰ ਬਿਆਨ ਕਰਦੀਆਂ ਨੇ ਇਹਨਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਬੱਚੇ ਜਿਨ੍ਹਾਂ ਨੂੰ ਇਹ ਆਸ਼ਰਮ ਲਗਾਤਾਰ ਖਾਣਾ ਤੱਕ ਖਿਲਾ ਰਿਹਾ ਆ ਇਹ ਉਹ ਬੱਚੇ ਨੇ ਜਿਹੜੇ ਖੁਦ ਖਾ ਵੀ ਨਹੀਂ ਸਕਦੇ ਹੈਗੇ ਖੁਦ ਚੱਲ ਨਹੀਂ ਸਕਦੇ ਖੁਦ ਉੱਠ ਨਹੀਂ ਸਕਦੇ ਬੈਠ ਨਹੀਂ ਸਕਦੇ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਾਂ ਬਾਏ ਕਰ ਰਿਹਾ ਆ ਹਾਲਾਂਕਿ ਅਗਰ ਅਸੀਂ ਇਹਨਾਂ ਨਾਲ ਗੱਲ ਕਰਨ ਦਾ ਪ੍ਰਯਤਨ ਕਰਾਂਗੇ ਤਾਂ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਆ ਪਰ ਫਿਰ ਵੀ ਇੱਕ ਵਾਰ ਪੰਜਾਬ ਹੈਡਲਾਈਨ ਦੀ ਟੀਮ ਜਿਹੜੀ ਆ ਇਹਨਾਂ ਨਾਲ ਗੱਲ ਕਰਨ ਦਾ ਪ੍ਰਯਤਨ ਕਰ ਰਹੀ ਆ ਕੀ ਨਾਮ ਹੈ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਉਹ ਬੱਚੇ ਨੇ ਲਗਾਤਾਰ ਸੇਵਾ ਜਿਹੜੀ ਆ ਚੱਲ ਰਹੀ ਆ ਔਰ ਇਹ ਨਹੀਂ ਆ ਕੁਝ ਮਾਸੂਮ ਜਿਹੜੀਆਂ ਬੇਟੀਆਂ ਵੀ ਇੱਥੇ ਨੇ ਜਿਹੜੀਆਂ ਖੁਦ ਖਾ ਨਹੀਂ ਸਕਦੀਆਂ ਤੁਸੀਂ ਦੇਖਦੇ ਹੋ ਕਿਸ ਤਰੀਕੇ ਨਾਲ ਇਹ ਸੇਵਾ ਚੱਲਦੀ ਪਈ ਹੈ ਉਹਨਾਂ ਨੂੰ ਸਪੈਸ਼ਲ ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਇੱਥੇ ਪੜ੍ਹਾਇਆ ਜਾਂਦਾ ਆ ਨਾ ਕਿ ਪੜ੍ਹਾਇਆ ਜਾਂਦਾ ਉਹਦੇ ਨਾਲ ਨਾਲ ਉਹਨਾਂ ਨੂੰ ਫ੍ਰੀ ਖਾਣਾ ਜਿਹੜਾ ਆ ਖਿਲਾਇਆ ਜਾਂਦਾ ਆ ਬਾਬਾ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਸਰ ਅਗਰ ਗੱਲ ਕੀਤੀ ਜਾਵੇ ਕਾਫੀ ਮੁਸ਼ਕਲ ਨਹੀਂ ਆ ਜਾਂਦੀ ਜਦੋਂ ਇੰਨੇ ਬੱਚਿਆਂ ਨੂੰ ਖਾਣਾ ਖਿਲਾਉਣਾ ਪੜ੍ਹਾਉਣਾ ਕਿੱਦਾਂ ਹੁੰਦਾ ਹੈ ਸਰ ਆਪਣੀ ਭਾਵਨਾ ਉੱਚੀ ਚਾਹੀਦੀ ਹੈ ਹੈ ਤਾਂ ਮੁਸ਼ਕਲ ਪਰ ਮੇਰੇ ਨਾਲ ਕੋਈ ਹੈ ਪਰਮਾਤਮਾ ਬਾਲਾ ਜੀ ਹਨੂੰਮਾਨ ਜੀ ਮੇਰੇ ਨਾਲ ਨੇ ਅੱਠਵੀਂ ਤੱਕ ਪੜ੍ਹਾ ਰਹੇ ਹਾਂ ਫ੍ਰੀ ਆਪਾਂ ਬੱਚਿਆਂ ਨੂੰ ਸ਼ਾਇਦ ਤੁਹਾਨੂੰ ਨਾਲ ਦਿੰਦੇ ਹਾਂ ਉੱਪਰ ਕਲਾਸਾਂ ਨੂੰ ਅੱਠਵੀਂ ਤੱਕ ਫ੍ਰੀ ਪੜ੍ਹਾਈ ਤੋਂ ਦੇ ਰਹੇ ਨਾ ਬੱਚਿਆਂ ਨੂੰ ਜਦੋਂ ਆਪਣੀ ਭਾਵਨਾ ਉੱਚੀ ਹੈ ਨਾ ਸੱਚੀ ਹੈ ਤਾਂ ਕਮੀ ਨਹੀਂ ਆ ਸਕਦੀ ਮੈਂ ਚੈਲੇਂਜ ਕਰ ਰਹੀ ਬਹੁਤ ਵੱਡਾ ਖਰਚਾ ਇੱਥੇ ਆਪਣਾ ਕੇ ਟੇਕ ਦੇਖਿਆ ਬੱਚਿਆਂ ਨੂੰ ਖਾਣਾ ਖਿਲਾ ਰਿਹਾ ਜਿਹੜੇ ਨਹੀਂ ਖਾ ਸਕਦੇ ਕਿਸਮਤ ਵਾਲਾ ਆਦਮੀ ਹੁੰਦਾ ਮੈਂ ਸਮਝ ਜਿਹਨੂੰ ਆਪਣਾ ਸੇਵਾ ਮਾਲਕ ਦਿੰਦਾ ਆਪਣੀ ਇਹਨਾਂ ਨੂੰ ਮੈਂ ਭਗਵਾਨ ਦੇ ਚਰਨ ਬਾਲੇ ਚਰਨ ਸਮਝ ਕੇ ਸੇਵਾ ਕਰ ਰਿਹਾ ਇਹ ਜਿਹੜੀ ਸੇਵਾ ਸਿੱਧੀ ਹਨੂੰਮਾਨ ਦੇ ਚਰਨਾਂ ਬਾਲਾ ਹੀ ਚਰਨਾਂ ਦੀ ਸੇਵਾ ਹੈ ਅਤੇ ਫਿਰ ਥਕਾਵਟ ਕਰਦੀ ਅਤੇ ਕਮੀ ਕਰਦੀ ਬੱਚੇ ਨਹੀਂ ਸਮਝਦਾ ਇਹਨਾਂ ਨੂੰ ਇਹ ਫਰਿਸ਼ਤੇ ਨੇ ਸਾਡੇ ਕਲਿਆਣ ਕਰਨ ਵਾਸਤੇ ਮਾਲਕ ਨੇ ਭੇਜੇ ਮੇਰੇ ਮਾਲਕ ਦਾ ਹੁਕਮ ਆ ਜਿੱਦਾਂ ਗੰਗਾ ਚਲਾਈ ਹਰਿਦੁਆਰ ਕਿ ਪਾਪ ਧੋ ਲਓ ਆਪਣੇ ਕਰਮ ਕਰਕੇ ਨਹਾ ਗਏ ਇਹ ਆ ਲੁਧਿਆਣੇ 'ਚ ਜੇ ਆਪਣੇ ਕਰਮ ਅੱਛੇ ਬਣਾਉਣੇ ਤੁਸੀਂ ਜੇ ਗਲਤੀਆਂ ਹੋਈਆਂ ਮਾਫ਼ ਕਰਾਉਣੀਆਂ ਤਾਂ ਇੱਕ ਹੀ ਤਰੀਕਾ ਨਾਲ ਬੱਚਿਆਂ ਨੂੰ ਪਿਆਰ ਕਰੋ ਉਹ ਮੈਂ ਕਰ ਰਿਹਾ ਮੇਰੇ 'ਤੇ ਮਾਫ਼ ਦੀ ਕਿਰਪਾ ਜੀ ਤੁਹਾਡੇ ਕੋਲ ਸਹਿਯੋਗ ਨਾਲ ਹੈਗਾ ਚੱਲ ਰਿਹਾ ਉਹ ਪੱਕਾ ਹੰਡ ਉਹਨਾਂ ਵਿਸ਼ਵਾਸ ਹੈ ਮਾਲਕ ਦੇ ਕੋਈ ਕਮੀ ਨਹੀਂ ਆਏਗੀ ਮੇਰਾ ਸਭ ਕੁਝ ਇਹੀ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਬੱਚੇ ਨਹੀਂ ਫਰਿਸ਼ਤੇ ਨੇ ਇਹਨਾਂ ਵਾਸਤੇ ਸੇਵਾ ਦੇ ਵਿੱਚ ਲਗਾਤਾਰ ਲੱਗੇ ਨੇ ਕੁਝ ਅਜਿਹੇ ਵੀ ਬੱਚੇ ਨੇ ਜੋ ਚੱਲ ਫਿਰ ਸਕਦੇ ਨੇ ਜਾਂ ਉਹ ਗਰੀਬ ਘਰਾਂ ਦੇ ਬੱਚੇ ਨੇ ਜੋ ਇੱਥੇ ਆਉਂਦੇ ਨੇ ਪੜ੍ਹਦੇ ਨੇ ਨਾਲ ਜਿੱਥੇ ਕਿ ਪੜ੍ਹਦੇ ਨੇ ਉੱਥੇ ਉਹਨਾਂ ਲਈ ਖਾਣਾ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਕਤਾਰਾਂ ਦੇ ਵਿੱਚ ਬੈਠੇ ਨੇ ਅਤੇ ਕਤਾਰਾਂ ਦੇ ਵਿੱਚ ਲਗਾਤਾਰ ਜਿਹੜਾ ਆ ਖਾਣਾ ਜਿਹੜਾ ਆ ਵਰਤਾਇਆ ਜਾ ਰਿਹਾ ਔਰ ਬਹੁਤ ਸੋਹਣੇ ਲਹਿਜ਼ੇ ਦੇ ਨਾਲ ਹਰ ਚੀਜ਼ ਦੇ ਵਿੱਚ ਤੁਸੀਂ ਅਗਰ ਪਰਫੈਕਸ਼ਨ ਦੀ ਗੱਲ ਕਰੋ ਤਾਂ ਹਰ ਚੀਜ਼ ਮਿਲਦੀ ਹੈ ਇੱਥੇ ਇਹ ਵੀ ਦੇਖਣ ਜੋ ਗੱਲ ਹੈ ਕਿ ਬੱਚੇ ਦੇ ਖਾਣ ਪੀਣ ਦਾ ਖਾਸ ਧਿਆਨ ਦਿੱਤਾ ਜਾ ਰਿਹਾ ਕੁਝ ਇੱਥੇ ਟੀਚਰ ਸਾਹਿਬਾਨ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਮੇਰਾ ਨਾਮ ਮਿਸ ਪੂਨਮ ਤੇਜਪਾਲ ਮੈਮ ਕਦੋਂ ਤੋਂ ਸੇਵਾ ਕਰ ਰਹੇ ਹੋ ਇਸ ਸਕੂਲ ਦੇ ਵਿੱਚ ਜੀ ਮੈਨੂੰ 5 ਸਾਲ ਹੋ ਗਏ ਸਕੂਲ 'ਚ ਸੇਵਾ ਕਰਦੇ ਹੋਏ ਅਤੇ ਅਸੀਂ ਸੇਵਾ ਭਾਵ ਦੀ ਭਾਵਨਾ 'ਚ ਇੱਥੇ ਆਉਂਦੇ ਹਾਂ ਅਤੇ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ ਅਤੇ ਨਾਲ ਇੱਥੇ ਲੰਗਰ ਕਰਾਉਂਦੇ ਹਾਂ ਕਦੇ ਮੁਸ਼ਕਲ ਨਹੀਂ ਆਈ ਕਿੰਨਾ ਕੁ ਟਫ ਹੁੰਦਾ ਆ ਕਿਉਂਕਿ ਕੁਝ ਜਿਹੜੇ ਅਬ ਨੋਰਮਲ ਬੱਚੇ ਵੀ ਹੈਗੇ ਨੇ ਕੁਝ ਸ਼ੁਰੂ 'ਚ ਪ੍ਰੋਬਲਮ ਆਈ ਬੱਚਿਆਂ ਨਾਲ ਪਰ ਅਸੀਂ ਬੱਚਿਆਂ ਨਾਲ ਡੇਲੀ ਡੀਲ ਕਰਕੇ ਅਸੀਂ ਉਹਨਾਂ ਦੇ ਨਾਲ ਮਿਕਸ ਹੋ ਗਏ ਜਿੱਦਾਂ ਹੁੰਦੇ ਬਿਲਕੁਲ ਫਰੈਂਡ ਬਣ ਗਏ ਸਾਡੇ ਬੱਚੇ ਜਿੱਦਾਂ ਕਰਦੇ ਨੇ ਹੁਣ ਉਹ ਇੱਥੇ ਆਉਣ ਕੇ ਖੁਸ਼ ਨੇ ਸਾਡੇ ਕੋਲ ਆ ਕੇ ਪਹਿਲਾਂ ਖੁਸ਼ ਨੇ ਅਤੇ ਹੁਣ ਅਸੀਂ ਉਹਦੇ ਨਾਲ ਬਿਲਕੁਲ ਫਰੈਂਕ ਹੋ ਗਏ ਨੇ ਜਿੱਦਾਂ ਹੁੰਦੇ ਨੇ ਉਹ ਮਾਂ ਪਿਓ ਜਿਹੜਾ ਸਾਡਾ ਜ਼ਿਆਦਾ ਸੁੱਖ ਇੱਥੇ ਆ ਕੇ ਕਦੇ ਕਦੇ ਅੱਖਾਂ ਵੀ ਭਰ ਆਉਂਦੀਆਂ ਨੇ ਹਾਂਜੀ ਉਹਨਾਂ ਨੂੰ ਦੇਖ ਕੇ ਸ਼ੁਰੂ 'ਚ ਜਾਂਦੇ ਉਹਨਾਂ ਫੈਮਿਲੀ ਪ੍ਰੋਬਲਮ ਸੁਣ ਕੇ ਬੱਚਿਆਂ ਦੀ ਅੱਖਾਂ ਬਹੁਤ ਭਰ ਆਉਂਦੀਆਂ ਸੀ ਕਈ ਬੱਚੇ ਹੈਗੇ ਮਾਂ ਪਿਓ ਨਹੀਂ ਹੈਗੇ ਕਿਤੇ ਦੇ ਘਰ ਨਹੀਂ ਹੈਗਾ ਅਤੇ ਇੱਥੇ ਆ ਕੇ ਉਹਨੂੰ ਘਰ ਦਾ ਪਿਆਰ ਦਾ ਮਾਂ ਪਿਓ ਦਾ ਸਾਰਾ ਪਿਆਰ ਮਿਲਿਆ ਇੱਥੇ ਆ ਕੇ ਬੱਚਿਆਂ ਨੂੰ ਹੁਣ ਬਹੁਤ ਖੁਸ਼ ਨੇ ਇੱਥੇ ਆ ਕੇ ਕਿੱਦਾਂ ਦੇ ਬੱਚੇ ਨੇ ਅਗਰ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਇੱਥੇ ਪੜ੍ਹਨ ਆਉਂਦੇ ਨੇ ਕਿਹੜੇ ਕਿਹੜੇ ਦੇਖੇ ਜਾਂਦੇ ਇੱਥੇ ਬੱਚੇ ਨੇ ਥੋੜ੍ਹੇ ਗਰੀਬ ਤਬਕੇ ਦੇ ਬੱਚੇ ਨੇ ਥੋੜ੍ਹੇ ਅਨਾਥ ਬੱਚੇ ਆਉਂਦੇ ਨੇ ਕੁਛ ਮਾਂ ਪਿਓ ਛੱਡ ਜਾਂਦੇ ਨੇ ਉਹ ਬੱਚੇ ਨੇ ਕਿਸੇ ਦੇ ਮਾਂ ਪਿਓ ਨਹੀਂ ਹੈਗੇ ਉਹ ਬੱਚੇ ਨੇ ਉਹ ਇੱਥੇ ਆਉਂਦੇ ਨੇ ਉਹ ਇੱਥੇ ਆਉਂਦੇ ਨੇ ਅਸੀਂ ਉਹਨਾਂ ਨੇ ਸਾਰਾ ਬੰਦੇ ਨੇ ਇੱਥੇ ਆ ਕੇ ਸਾਡੇ ਸਕੂਲ ਆ ਕੇ ਅਤੇ ਇੱਥੇ ਉਹਨਾਂ ਨੂੰ ਸਾਰੀ ਫੈਸਿਲਿਟੀਜ਼ ਮਿਲਦੀ ਹੈ ਜੇ ਨੋਰਮਲ ਬੱਚੇ ਨੂੰ ਘਰ 'ਚ ਮਿਲਦੀ ਹੈ ਉਹ ਇੱਥੇ ਦੀ ਜਾਂਦੀ ਹੈ
ਬੱਚਿਆਂ ਸਕੂਲ ਦੀ ਗੱਲ ਕੀਤੀ ਜਾਵੇ ਤੇ ਸਕੂਲ ਦੇ ਵਿੱਚ ਕੁਝ ਅਜਿਹੇ ਬੱਚੇ ਵੀ ਨੇ ਜਿਨ੍ਹਾਂ ਨੂੰ ਅਵਾਰਡ ਮਿਲਿਆ ਆ ਕਿਸੇ ਨਾ ਕਿਸੇ ਪੱਖ ਹਾਂਜੀ ਸਾਡੇ ਜਿਹੜੇ ਨੋਰਮਲ ਬੱਚੇ ਨੇ ਉਹ ਨੈਸ਼ਨਲ ਲੈਵਲ ਤੱਕ ਖੇਡਣ ਜਾਂਦੇ ਨੇ ਅਵਾਰਡ ਲੈ ਕੇ ਆਉਂਦੇ ਨੇ ਬੱਚੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਅੱਜ ਉਹ ਬੱਚੇ ਕਿੱਥੇ ਦੇ ਕਿੱਥੇ ਕਿੱਦਾਂ ਆਏ ਸੀ ਤੇ ਕਿੱਦਾਂ ਕਿੱਥੇ ਕਿੱਥੇ ਪਹੁੰਚ ਗਏ ਅੱਜ ਉਹ ਬੱਚੇ ਜਿੱਦਾਂ ਆਏ ਸੀ ਹੁਣ ਨੈਸ਼ਨਲ ਲੈਵਲ ਖੇਡਣ ਜਾਂਦੇ ਨੇ ਗੇਮਸ ਕਰਾਉਂਦੇ ਨੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਅੱਗੇ ਨੇ ਬੱਚੇ ਅੱਜ ਡਰਾਇੰਗ ਕੰਪੀਟੀਸ਼ਨ ਕਰਾਉਂਦੇ ਆ ਡਾਂਸ ਕੰਪੀਟੀਸ਼ਨ ਹੁੰਦਾ ਉੱਥੇ ਪ੍ਰਾਈਜ਼ ਜਿੱਤ ਕੇ ਆਉਂਦੇ ਨੇ ਅਤੇ ਫਸਟ ਪ੍ਰਾਈਜ਼ ਅਤੇ ਸੈਕਿੰਡ ਪ੍ਰਾਈਜ਼ ਲਿਆਉਣਾ ਹੀ ਲਿਆਉਣਾ ਉਹਨਾਂ ਨੇ ਇੱਥੇ ਜਿੱਤ ਕੇ ਇਹ ਬੱਚੇ ਜਿਹੜੇ ਆਮ ਨਹੀਂ ਨੈਸ਼ਨਲ ਅਵਾਰਡ ਜਿਹੜੇ ਨੇ ਇਹ ਜਿੱਤਦੇ ਨੇ ਅਗਰ ਗੱਲ ਕੀਤੀ ਜਾਵੇ ਓਲੰਪਿਕ ਦੇ ਵਿੱਚ ਇਹਨਾਂ ਵਿੱਚ ਕੁਝ ਅਜਿਹੇ ਬੱਚੇ ਨੇ ਜਿਨ੍ਹਾਂ ਨੇ ਜਿਹੜਾ ਆ ਦੇਸ਼ ਦਾ ਨਾਮ ਰੋਸ਼ਨ ਕੀਤਾ ਆ ਕੁਝ ਹੋਰ ਜਿਹੜੇ ਟੀਚਰ ਸਾਹਿਬਾਨ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਮੈਮ ਤੁਹਾਡਾ ਸੌਰੀ ਨਾਮ ਹੈ ਜੀ ਦੀਪਿਕਾ ਸ਼ਰਮਾ ਆਈ ਐਮ ਅ ਸੁਪਰਵਾਈਜ਼ਰ ਹੇਅਰ ਮੈਮ ਕਿਦੋਂ ਤੋਂ ਸੇਵਾ ਕਰ ਰਹੇ ਹੋ ਔਰ ਕਿਸ ਤਰ੍ਹਾਂ ਦੇ ਜਿਹੜੀਆਂ ਇੱਥੇ ਜਿਹੜੀਆਂ ਮੁਸ਼ਕਲਾਂ ਦੇਖਣ ਨੂੰ ਮਿਲਦੀਆਂ ਸਰ ਮੁਝੇ ਐਕਚੁਅਲੀ ਯਹਾਂ ਪੇ ਮੋਰ ਦੈਨ 2 ਇਅਰਸ ਹੋਇਆ ਹੈ ਔਰ ਯਹਾਂ ਪੇ ਮੈਨੇ ਜਸਟ ਸੈਲਫਲੈਸਨੈਸ ਦੇਖੀ ਹੈ ਕਿ ਹਮ ਸੈਲਫਲੈਸਲੀ ਯਹਾਂ ਪੇ ਕੈਸੇ ਸਰਵ ਕਰ ਸਕਤੇ ਹੈ ਬੱਚੋਂ ਕੋ ਜੋ ਨੀਡੀ ਬੱਚੇ ਹੈ ਜੋ ਜਿਨਕੇ ਆਗੇ ਪਿੱਛੇ ਕੋਈ ਨਹੀਂ ਔਰਫਨ ਹੈ ਮਿਸਿੰਗ ਹੈ ਤੋ ਵੋ ਸਾਰੇ ਬੱਚੇ ਯਹਾਂ ਆਤੇ ਹੈ ਔਰ ਉਨਕੋ ਹਮ ਫ੍ਰੀਲੀ ਸਰਵ ਕਰਤੇ ਹੈ ਤੋ ਕੋਈ ਇਨਸੇ ਕੋਈ ਚਾਰਜਿਸ ਨਹੀਂ ਹੈ ਫ੍ਰੀ ਆਫ ਕੋਸਟ ਸਟੱਡੀ ਯਹਾਂ ਪੇ ਐਜੂਕੇਸ਼ਨ ਫ੍ਰੀ ਆਫ ਕੋਸਟ ਹੈ ਇਨਕੀ ਡਰੈਸਿਸ ਇਨਕੀ ਯੂਨੀਫਾਰਮਸ ਮਤਲਬ ਐਵਰੀਥਿੰਗ ਸਟੇਸ਼ਨਰੀ ਐਵਰੀਥਿੰਗ ਇਜ਼ ਫ੍ਰੀ ਹੇਅਰ ਕਦੇ ਕਦੇ ਅੱਖਾਂ ਵੀ ਭਰ ਆਉਂਦੀਆਂ ਨੇ ਜਿਸ ਤਰ੍ਹਾਂ ਦੇ ਬੱਚੇ ਨੇ ਔਰ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲੇ ਨੇ ਅਗਰ ਇਹਨਾਂ ਬੱਚਿਆਂ ਦੀ ਗੱਲ ਕੀਤੀ ਜਾਵੇ ਕੁਝ ਗਰੀਬ ਨੇ ਕੁਝ ਜਿਹੜੇ ਨੇ ਬਿਲਕੁਲ ਅਨਾਥ ਨੇ ਅਤੇ ਕਿੱਦਾਂ ਦਾ ਤੁਹਾਨੂੰ ਜਦੋਂ ਤੁਸੀਂ ਇਹਨਾਂ ਨਾਲ ਡੀਲ ਕਰਦੇ ਹੋ ਕਿੱਦਾਂ ਦਾ ਐਕਸਪੀਰੀਅੰਸ ਸਰ ਹਮੇ ਐਕਚੁਅਲੀ ਬਹੁਤ ਜ਼ਿਆਦਾ ਹਰ ਟਾਈਪ ਕਾ ਕੇਸ ਹਮੇ ਫੇਸ ਕਰਨਾ ਪੜਤਾ ਹੈ ਤੋ ਕਭੀ ਕਭੀ ਹਮੇ ਥੋੜ੍ਹਾ ਸਾ ਆਪਣੇ ਆਪ ਕੋ ਸਟਰੋਂਗ ਬਣਾ ਕੇ ਚੱਲਣਾ ਪੜਤਾ ਇਸ ਕੇਸ ਮੈਂ ਅਗਰ ਹਮ ਹੀ ਥੋੜ੍ਹੇ ਇਮੋਸ਼ਨਲ ਹੋ ਜਾਏਂਗੇ ਤੋ ਹਮ ਇਹਨੇ ਹੈਂਡਲ ਨਹੀਂ ਕਰ ਪਾਏਂਗੇ ਸੋ ਹਮੇ ਥੋੜ੍ਹਾ ਸਟਰੋਂਗ ਹੋ ਕੇ ਚੱਲਣਾ ਪੜਤਾ ਹਰ ਟਾਈਪ ਕਾ ਕੇਸ ਹੈ ਪੇਰੈਂਟਸ ਨਹੀਂ ਹੈ ਆਗੇ ਪਿੱਛੇ ਕੋਈ ਜਾਂ ਪੇਰੈਂਟਸ ਹੋਤੇ ਹੋਏ ਬੱਚੇ ਯਹਾਂ ਪੇ ਹੈ ਤੋ ਇਹ ਸਾਰੇ ਕੇਸਿਸ ਹੋਤੇ ਹੈ ਕਭੀ ਕਭੀ ਬਹੁਤ ਬੁਰਾ ਵੀ ਲੱਗਤਾ ਬਟ ਅਬ ਹੈ ਰਿਐਲਿਟੀ ਹੈ ਦਿਸ ਇਜ਼ ਦ ਬਿਟਰ ਟਰੂਥ ਕਿਉਂਕਿ ਇੰਟੈਲੀਜੈਂਸੀ ਦੀ ਗੱਲ ਕੀਤੀ ਜਾਵੇ ਵਿਜ਼ਡਮ ਦੀ ਗੱਲ ਕੀਤੀ ਜਾਵੇ ਤੇ ਇਹ ਬੱਚੇ ਕਿੰਨੇ ਕੇ ਇੰਟੈਲੀਜੈਂਟ ਕੇਸ ਹਨ ਸਰ ਮੋਸਟਲੀ 80% ਬੱਚੇ ਐਸੇ ਹੈ ਜੋ ਰੀਅਲ ਮੇ ਕੁਛ ਕਰਨਾ ਚਾਹਤੇ ਹੈ ਐਕਚੁਅਲ ਮੈਂ ਔਰ ਸਟੱਡੀ ਮੇ ਵੀ ਦੇ ਆਰ ਆਲਸੋ ਗੁੱਡ ਸੋ ਬਸ ਹਮੇ ਥੋੜ੍ਹਾ ਸਾ ਐਫਰਟ ਕਰਨਾ ਪੜਤਾ ਹੈ ਇਨਕੇ ਲੀਏ ਇਨਕੋ ਥੋੜ੍ਹਾ ਘਰ ਸੇ ਇੱਕ ਤੋਂ ਪੁਸ਼ ਕਰਨੇ ਕੇ ਲੀਏ ਪੇਰੈਂਟਸ ਨਹੀਂ ਹੈ ਕਿ ਉਹਨੇ ਭੇਜਾ ਜਾਏ ਜਾਂ ਖਿਆਲ ਰੱਖਾ ਜਾਏ ਉਹ ਖੁਦ ਲੇਬਰਸ ਹੈ ਤੋ ਉਨਸੇ ਇਤਨੀ ਐਕਸਪੈਕਟ ਨਹੀਂ ਕੀਆ ਜਾਤਾ ਸੋ ਆਤੇ ਹੈ ਵਹੀ ਬਹੁਤ ਬੜੀ ਬਾਤ ਹੈ ਹਮਾਰੇ ਲੀਏ ਯਹਾਂ ਪੇ ਜੋ ਵੀ ਹੈ ਇਨਕੋ ਟਿਊਸ਼ਨਸ ਵਗੈਰਾ ਜਾਂ ਜੋ ਵੀ ਕਲਾਸਿਸ ਮੈਂ ਹਮ ਕਰਵਾਤੇ ਹੈ ਵਹੀ ਹੈ ਇਨਕੇ ਲੀਏ ਘਰ ਜਾ ਕੇ ਇਹ ਕੁਛ ਨਹੀਂ ਕਰ ਪਾਤੇ ਆਪਾਂ ਪਿੱਛੇ ਤਸਵੀਰਾਂ ਦੇ ਵਿੱਚ ਦੇਖਿਆ ਕਿ ਕੁਝ ਬੱਚੇ ਅਜਿਹੇ ਵੀ ਸਨ ਜਿਹੜੇ ਕੰਪਿਊਟਰ ਦੀ ਜਿਹੜੀ ਸਿੱਖਿਆ ਲੈ ਰਹੇ ਸਨ ਕਿੱਦਾਂ ਲੱਗਦਾ ਆ ਜਦੋਂ ਤੁਸੀਂ ਉਹਨਾਂ ਨੂੰ ਕੰਪਿਊਟਰ ਸਿਖਾਉਂਦੇ ਹੋ ਜਾਂ ਪਹਿਲੀ ਵਾਰ ਉਹ ਕੰਪਿਊਟਰ ਰੂਮ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਕਿੱਦਾਂ ਦਾ ਚਾਅ ਹੁੰਦਾ ਹੈ ਸਰ ਐਕਚੁਅਲੀ ਕੰਪਿਊਟਰ ਇੱਕ ਐਸਾ ਸਬਜੈਕਟ ਹੈ ਜੋ ਬਹੁਤ ਇੰਟਰਸਟਿੰਗ ਐਂਡ ਦੇ ਫਾਈਂਡ ਇਟ ਵੈਰੀ ਇੰਟਰਸਟਿੰਗ ਐਕਚੁਅਲੀ ਤੋ ਕੰਪਿਊਟਰ ਮੇਂ ਕੁਛ ਵੀ ਇਨਕੋ ਨਈ ਚੀਜ਼ ਸਿਖਾਈ ਜਾਂਦੀ ਤੋ ਇਨਕੇ ਫੇਸ ਪੇ ਇੱਕ ਕਿਆ ਕਹਤੇ ਹੈ ਉਸਕੋ ਗਲੋ ਦੇਖਾ ਜਾ ਸਕਤਾ ਹੈ ਕਿ ਹਾਂ ਬੱਚੇ ਖੁਸ਼ ਹੋ ਕੇ ਪੜ੍ਹਤੇ ਹੈ ਉਸ ਚੀਜ਼ ਤੋ ਤੋ ਨਈ ਨਈ ਚੀਜ਼ੇ ਪੁੱਛਤੇ ਹੈ ਮੇਰੇ ਸੇ ਕੁਐਸਚਨਸ ਕਰਤੇ ਹੈ ਕਿ ਮੈਮ ਯੇ ਕੈਸੇ ਹੋਇਆ ਇਟ ਫੀਲਸ ਗੁੱਡ ਕੋਈ ਅਜਿਹਾ ਐਕਸਪੀਰੀਅੰਸ ਜਿਹੜਾ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ ਤੁਸੀਂ ਸਰ ਐਕਚੁਅਲੀ ਬੱਚੋਂ ਕੋ ਯਹਾਂ ਪੇ ਹਮਾਰੇ ਪਾਸ ਪੀਰੀਅਡਸ ਮਿਲਤਾ 35 ਮਿੰਟ ਕਾ ਪੀਰੀਅਡ ਹੋਤਾ ਹੈ ਤੋ ਇੰਟਰਸਟ ਕੇ ਅਕੋਰਡਿੰਗਲੀ ਇਨਕੋ ਕੰਪਿਊਟਰਸ ਮੇਂ ਇਤਨਾ ਇੰਟਰਸਟ ਹੈ ਫ੍ਰੀ ਕੋਰਸਿਸ ਜੁਆਇਨ ਕਰ ਲੈਤੇ ਹੈ ਬੱਚੇ ਘਰ ਪੇ ਤੋ ਮੁਝੇ ਆ ਕੇ ਪੁੱਛਤੇ ਹੈ ਕਿ ਮੈਮ ਹਮੇ ਯੇ ਕੀਆ ਹੈ ਹਮਨੇ ਯੇ ਬਤਾ ਦੋ ਹਮੇ ਡਿਫਰੈਂਟ ਚੀਜ਼ੇ ਯੇ ਸਿਖਾ ਦੋ ਤੋ ਇੰਟਰਸਟ ਕਾ ਪਤਾ ਚਲਤਾ ਹੈ ਬੱਚੇ ਕੋ ਕਿ ਹਾਂ ਇਨਮੇ ਇੰਟਰਸਟ ਹੈ ਜੀ ਹਾਂ ਉਹ ਹੀ ਗੱਲ ਹੈ ਕਿ ਬੱਚੇ ਨਹੀਂ ਫਰਿਸ਼ਤੇ ਨੇ ਆਪਾਂ ਹੋਰ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਮੈਮ ਸੁਨੀਤਾ ਨਈਅਰ ਕਿਦੋਂ ਤੋਂ ਇੱਥੇ ਜਿਹੜੇ ਆ ਸੇਵਾ ਕਰ ਰਹੇ ਹੋ ਤੁਸੀਂ ਮੈਂ 2009 ਤੋਂ ਸਟਾਰਟਿੰਗ ਤੋਂ ਹੀ ਇਸ ਤਰ੍ਹਾਂ ਦਾ ਅਨੁਭਵ ਹੈ ਕਿੱਦਾਂ ਦਾ ਅਨੁਭਵ ਹੈ ਕਿੰਨਾ ਸਕੂਨ ਮਿਲਦਾ ਹੈ ਰੂਹ ਨੂੰ ਜਦੋਂ ਅਜਿਹੇ ਬੱਚਿਆਂ ਦੇ ਨਾਲ ਕੰਮ ਕਰਦੇ ਹੋ ਜਿਨ੍ਹਾਂ ਨੂੰ ਅਸੀਂ ਬੱਚੇ ਨਹੀਂ ਜਿੱਦਾਂ ਬਾਲਾ ਜੀ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਫਰਿਸ਼ਤੇ ਕਿਹਾ ਜਾ ਸਕਦਾ ਇਹਨਾਂ ਫਰਿਸ਼ਤਿਆਂ ਨਾਲ ਕੰਮ ਕਰਨਾ ਕਿੰਨਾ ਕਿ ਤੁਹਾਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਨਾ ਬੱਚਿਆਂ ਨਾਲ ਕੰਮ ਕਰਕੇ ਹੁਣ ਇਸ ਤਰ੍ਹਾਂ ਫੀਲ ਹੁੰਦਾ ਕਿ ਸਾਡੀ ਤਾਂ ਲਾਈਫ ਇਹੀ ਬੱਚੇ ਹੈ ਇਹਨਾਂ ਬੱਚਿਆਂ ਨੂੰ ਦੇਖ ਕੇ ਹੀ ਖੁਸ਼ੀ ਹੁੰਦੀ ਹੈ ਬੱਚੇ ਖੁਸ਼ ਹੁੰਦੇ ਆ ਜਦੋਂ ਆਉਂਦੇ ਆ ਸਟਾਰਟਿੰਗ ਵਿੱਚ ਇਹਨਾਂ ਬੱਚਿਆਂ ਕੋਲ ਇਹਨਾਂ ਨੂੰ ਈਵਨ ਕਿ ਖਾਣ ਦੀ ਵੀ ਹਰ ਚੀਜ਼ ਦੀ ਪਹਿਚਾਣ ਨਹੀਂ ਹੁੰਦੀ ਕਿਸੇ ਵੀ ਚੀਜ਼ ਇੱਥੇ ਆ ਕੇ ਬੱਚਿਆਂ ਨੂੰ ਸਭ ਕੁਝ ਹਰ ਫਰੂਟ ਹਰ ਤਰ੍ਹਾਂ ਦਾ ਫਰੂਟ ਵਗੈਰਾ ਹਰ ਚੀਜ਼ ਦਿੱਤੀ ਜਾਂਦੀ ਹੈ ਖਾਣੇ ਵਿੱਚ ਵੀ ਬੱਚਿਆਂ ਨੂੰ ਹਰ ਚੀਜ਼ ਪ੍ਰੋਵਾਈਡ ਕੀਤੀ ਬੱਚੇ ਬਹੁਤ ਖੁਸ਼ ਹੋ ਕੇ ਇਸ ਚੀਜ਼ ਨੂੰ ਲੱਗੇ ਆ ਥੋੜ੍ਹਾ ਜਿਹਾ ਅੱਗੇ ਚੱਲ ਜਾਂਦੇ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਆ ਬੱਚੇ ਖਾਣਾ ਖਾਂਦੇ ਨੇ ਔਰ ਉਸ ਤੋਂ ਬਾਅਦ ਅਗਰ ਡਿਸਿਪਲਿਨ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਬਰਤਨ ਰੱਖਣੇ ਨੇ ਹਰ ਬੱਚਾ ਜਿਹੜਾ ਆ ਬਹੁਤ ਖੂਬਸੂਰਤ ਵਰਦੀ ਪਾਈ ਆ ਅਗਰ ਬੱਚਿਆਂ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਟਾਈ ਵਗੈਰਾ ਲਗਾਈ ਹੋਈ ਆ ਬੈਲਟ ਲਗਾਈ ਆ ਵਰਦੀ ਦੀ ਗੱਲ ਕੀਤੀ ਜਾਵੇ ਬਹੁਤ ਖੂਬਸੂਰਤ ਵਰਦੀ ਹੈ ਬੱਚਿਆਂ ਨਾਲ ਵੀ ਗੱਲ ਕਰ ਲੈਂਦੇ ਕੀ ਨਾਮ ਹੈ ਤੁਹਾਡਾ ਪਾਰਸ ਪਾਰਸ ਜੀ ਕਿੱਥੋਂ ਆਉਂਦੇ ਹੋ ਪੜ੍ਹਨ ਵਾਸਤੇ ਜੀ ਮੈਂ ਲਲਤੋ ਕਲਾ ਤੋਂ ਆਉਂਦਾ
ਹਾਂ ਜੀ ਮੈਨੂੰ ਫਖਰ ਹੁੰਦਾ ਕਿ ਮੈਂ ਇੱਥੇ ਆ ਨਾ ਬੱਚਿਆਂ ਨਾਲ ਪੜ੍ਹ ਰਿਹਾ ਮੈਨੂੰ ਖੁਸ਼ੀ ਹੁੰਦੀ ਹੈ ਅੱਗੇ ਚੱਲਦੇ ਹਾਂ ਕੁਝ ਹੋਰ ਬੱਚਿਆਂ ਨਾਲ ਗੱਲ ਕਰਨ ਦੀ ਵੀ ਟਰਾਈ ਕਰਾਂਗੇ ਅਤੇ ਥੋੜ੍ਹਾ ਜਿਹਾ ਅੱਗੇ ਲੈ ਕੇ ਜਾਂਦੇ ਹਾਂ ਤੁਹਾਨੂੰ ਸੋ ਸੁਨੀਲ ਭੱਲਾ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜੀ ਹੈ ਪ੍ਰੇਰਣਾ ਮਿਲਦੀ ਹੈ ਹਾਂ ਹਾਂਜੀ ਸਭ ਤੋਂ ਪਹਿਲਾਂ ਜੀ ਜੈ ਬਾਲਾ ਜੀ ਜੈ ਸ਼੍ਰੀ ਭੱਲਾ ਜੀ ਹਾਂਜੀ ਅਗਰ ਗੱਲ ਕੀਤੀ ਜਾਵੇ ਇਸ ਤਰ੍ਹਾਂ ਸਕੂਲ ਖੋਲ੍ਹਿਆ ਗਿਆ ਤੁਹਾਡੇ ਫਾਦਰ ਸਾਹਿਬ ਵੱਲੋਂ ਕਿਸ ਤਰ੍ਹਾਂ ਜਿਹੜਾ ਆ ਤੁਹਾਨੂੰ ਪ੍ਰੇਰਣਾ ਮਿਲਦੀ ਹੈ ਕਿ ਇੱਦਾਂ ਦੇ ਸਮਾਜਿਕ ਕੰਮ ਕਰਨ ਵਾਸਤੇ ਐਕਚੁਲੀ ਕੀ ਆ ਜੀ ਦੇਖੋ ਆਪਣੇ ਵਾਸਤੇ ਤਾਂ ਸਾਰੀ ਦੁਨੀਆ ਹੀ ਜਿੰਦੀ ਆ ਮੈਨੂੰ ਡੈਡੀ ਨਾਲ ਰਹਿ ਕੇ ਇੱਕ ਚੀਜ਼ ਸਿੱਖਣ ਨੂੰ ਮਿਲੀ ਕਿ ਜੇ ਜ਼ਿੰਦਗੀ 'ਚ ਕੁਛ ਆਪਾਂ ਸਫਲ ਕਰਨਾ ਚਾਹੁੰਦੇ ਹਾਂ ਤਾਂ ਕਿਸੇ ਵਾਸਤੇ ਕੁਛ ਕਰੋ ਬਹੁਤ ਅੱਛੇ ਅੱਛੇ ਕੰਮ ਕਰਕੇ ਦੇਖੇ ਪਰ ਜੋ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਪਿਆਰ ਜ਼ਿੰਦਗੀ ਔਰ ਇੱਥੇ ਅੱਛੀ ਸ਼ਿਕਸ਼ਾ ਦੇ ਕੇ ਜੋ ਸੁੱਖ ਮਿਲਿਆ ਉਹ ਸ਼ਾਇਦ ਹੀ ਕਿਤੇ ਹੋਰ ਮਿਲ ਸਕਦਾ ਹੈ ਕਦੇ ਫੈਮਿਲੀ ਵੱਲੋਂ ਜਾਂ ਕਿਸੇ ਰਿਸ਼ਤੇਦਾਰ ਵੱਲੋਂ ਜਿਹੜਾ ਕਿਹਾ ਗਿਆ ਕਿ ਤੁਸੀਂ ਕਿਹੜੇ ਕੰਮਾਂ 'ਚ ਪਏ ਹੋ ਇਸ ਤਰ੍ਹਾਂ ਦਾ ਵੀ ਕਦੇ ਹੋਇਆ ਬੜੀ ਦੁਨੀਆ ਨੇ ਕਿਹਾ ਕਿ ਤੁਸੀਂ ਕੰਮ ਸ਼ੁਰੂ ਕਰ ਲਿਆ ਵੀ ਬਹੁਤ ਟੈਨਸ਼ਨ ਵਾਲਾ ਕੰਮ ਆ ਬਹੁਤ ਜ਼ਿੰਮੇਦਾਰੀ ਵਾਲਾ ਕੰਮ ਆ ਪਰ ਅਸੀਂ ਇਹੀ ਚੀਜ਼ ਸੋਚ ਕੇ ਮਨ ਨੂੰ ਸਮਝਾਇਆ ਕਿ ਅੱਛਾ ਕੰਮ ਉਹੀ ਹੈ ਜਿਹਦੀ ਜ਼ਿੰਮੇਦਾਰੀ ਔਰ ਟੈਨਸ਼ਨ ਪੂਰੀ ਹੋਵੇ ਜੇ ਆਪਾਂ ਟੈਨਸ਼ਨ ਨਹੀਂ ਲਵਾਂਗੇ ਉਹ ਅੱਛਾ ਕੰਮ ਸਿਰੇ ਚੜ੍ਹ ਹੀ ਨਹੀਂ ਸਕਦੇ ਅੱਗੇ ਜ਼ਿੰਮੇਦਾਰੀ ਪੂਰੀ ਲੈਣੀ ਹੀ ਪਵੇਗੀ ਜੀ ਹਾਂ ਜ਼ਿੰਮੇਵਾਰੀ ਪੂਰੀ ਲੈਣੀ ਪਵੇਗੀ ਅਗਰ ਗੱਲ ਕੀਤੀ ਜਾਵੇ ਸਰਕਾਰ ਅਤੇ ਸਰਕਾਰ ਵੱਲੋਂ ਵੀ ਕਦੇ ਮਾਲੀ ਕੋਈ ਮਦਦ ਮਿਲਦੀ ਹੈ ਜਾਂ ਨਹੀਂ ਜੀ ਸਰ ਮਿਲਦੀ ਹੈ ਰੂਟੀਨ ਵਿੱਚ ਤਾਂ ਨਹੀਂ ਕਹਿ ਸਕਦੇ ਪਰ ਜਿੱਦਾਂ ਸਾਨੂੰ ਕੋਈ ਜ਼ਿਆਦਾ ਜ਼ਰੂਰਤ ਪੈਂਦੀ ਹੈ ਤਾਂ ਸਰਕਾਰ ਦਾ ਸਾਨੂੰ ਮਦਦ ਮਿਲਦੀ ਹੈ ਜੀ ਅਗਰ ਗੱਲ ਕੀਤੀ ਜਾਵੇ ਸਕੂਲ ਦੀ ਕਿੰਨੇ ਬੱਚੇ ਨੇ ਅਤੇ ਕਿਹੜੇ ਕਿਹੜੇ ਬੱਚੇ ਜਿਹੜੇ ਇਸ ਸਕੂਲ ਦੇ ਵਿੱਚ ਸਪੈਸ਼ਲ ਕੇਸਿਸ ਨੇ ਸਾਡੇ ਕੋਲ ਜੀ ਨੀਅਰ ਅਬਾਊਟ 300 ਦੇ ਕਰੀਬ ਬੱਚੇ ਨੇ ਜੀ ਜਿਹਦੇ ਵਿੱਚ ਸਾਡੇ ਕੋਲ ਆਪਣਾ ਹੋਸਟਲ ਵੀ ਹੈ ਜਿਹਦੇ ਵਿੱਚ ਸਾਡੇ ਕੋਲ MR ਬੱਚੇ ਜਿਹੜੇ ਨੇ ਸਪੈਸ਼ਲੀ ਚੈਲੇਂਜ ਮੈਂਟਲੀ ਚੈਲੇਂਜ ਬੱਚੇ ਨੇ ਉਹ ਸਾਡੇ ਕੋਲ ਰਹਿੰਦੇ ਵੀ ਨੇ ਇੱਥੇ ਬੱਚਿਆਂ ਨੂੰ ਰਹਿਣ ਦੀ ਔਰ ਪੜ੍ਹਾਈ ਲਿਖਾਈ ਖਾਣਾ ਪੀਣਾ ਟਰਾਂਸਪੋਰਟੇਸ਼ਨ ਸਲਮ ਏਰੀਆਸ 'ਚੋਂ ਬੱਚੇ ਲੈ ਕੇ ਆਉਂਦੇ ਹਾਂ ਸਾਰਾ ਕੁਛ ਸਾਨੂੰ ਫ੍ਰੀ ਅਸੀਂ ਬੱਚਿਆਂ ਨੂੰ ਫੈਸਿਲਿਟੀ ਦਿੰਦੇ ਹਾਂ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਦਿੱਤਾ ਜਾਂਦਾ ਇਹਨਾਂ ਬੱਚਿਆਂ ਤੋਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਜੀ ਕਿ ਇਹਨਾਂ ਬੱਚਿਆਂ ਨੂੰ ਜਿੰਨਾ ਕੁ ਬਚਪਨ ਸਾਡੇ ਕੋਲ ਇੱਥੇ ਬੀਤੇਗਾ ਉਹ ਇੱਕ ਅੱਛਾ ਹੋਵੇ ਇਹਨਾਂ ਦੀ ਜ਼ਿੰਦਗੀ ਦੀ ਇੱਕ ਅੱਛੀ ਸ਼ੁਰੂਆਤ ਹੋ ਸਕੇ ਇਹਨਾਂ ਦੀ ਜ਼ਿੰਦਗੀ ਦੀ ਜਿਹੜੀ ਆ ਅੱਛੀ ਸ਼ੁਰੂਆਤ ਹੋ ਸਕੇ ਕੁਝ ਬੱਚੇ ਵੀ ਨਾਲ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੀ ਹਾਂ ਕੀ ਨਾਮ ਹੈ ਹਾਂ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਲੱਗਦਾ ਹੈ ਕਿ ਬੱਚਿਆਂ ਦੇ ਵਿੱਚ ਰਹਿਣਾ ਠੀਕ ਵਧੀਆ ਲੱਗਦਾ ਆ ਕਿੰਨੇ ਦੋਸਤ ਹੈ ਤੁਹਾਡੇ ਇੱਥੇ ਸਾਰੇ ਦੋਸਤ ਏ ਤੁਸੀਂ ਜਦੋਂ ਇਹਨਾਂ ਬੱਚਿਆਂ ਦੇ ਨਾਲ ਰਹਿੰਦੇ ਹੋ ਕੀ ਫੀਲ ਕੀ ਕਰਦੇ ਹੋ ਤੁਸੀਂ ਕੀ ਅਨੁਭਵ ਕੀ ਕਰਦੇ ਹੋ ਟੀਵੀ ਦੇਖ ਹੈ ਟੀਵੀ ਵਧੀਆ ਲੱਗਦਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਕਰਨ ਹਾਂ ਕਰਨ ਜਦੋਂ ਤੁਸੀਂ ਇਹਨਾਂ ਬੱਚਿਆਂ ਦੇ ਨਾਲ ਰਹਿੰਦੇ ਹੋ ਪੜ੍ਹਦੇ ਹੋ ਇੱਥੇ ਆ ਕੇ ਸਕੂਲ ਦੇ ਵਿੱਚ ਆਉਣਾ ਵਰਦੀ ਪਾਉਣਾ ਡਰੈਸ ਪਾਉਣਾ ਕੱਪੜੇ ਪਾਉਣਾ ਕਿੰਨਾ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਅਗਰ ਗੱਲ ਕੀਤੀ ਜਾਵੇ ਇਸ ਸਕੂਲ ਦੇ ਵਿੱਚ ਤਾਂ ਕੀ ਮਿਲਦਾ ਸਕੂਲ ਦੇ ਵਿੱਚ ਤੁਹਾਨੂੰ ਕੀ ਚੀਚਾ ਚੀਚਾ ਕੀ ਜੀ ਹਾਂ ਕੀ ਨਾਮ ਹੈ ਜਸ਼ਨਦੀਪ ਹਾਂ ਜਸ਼ਨਦੀਪ ਨਾਲ ਹੈ ਜਸ਼ਨਦੀਪ ਦੀ ਇੱਕ ਵਾਰ ਤਸਵੀਰ ਦਿਖਾ ਦਿੰਦੇ ਹਾਂ ਖੂਬਸੂਰਤ ਟਾਈ ਲਾਈ ਹੋਈ ਆ ਖੂਬਸੂਰਤ ਸ਼ਰਟ ਹੈ ਔਰ ਜਸ਼ਨ ਅਗਰ ਕਿੰਨਵੀਂ ਕਲਾਸ ਦੇ ਵਿੱਚ ਪੜ੍ਹਦੇ ਹੋ ਤੁਸੀਂ ਪੰਜਵੀਂ ਕਲਾਸ ਦੇ ਵਿੱਚ ਜਸ਼ਨ ਪੜ੍ਹਦੇ ਆ ਜਸ਼ਨ ਜੀ ਕਿੱਥੋਂ ਆਉਂਦੇ ਕਿੱਥੋਂ ਤੁਸੀਂ ਬਦੋਵਾਲ ਤੋਂ ਆਉਂਦੇ ਆ ਅਗਰ ਗੱਲ ਕੀਤੀ ਜਾਵੇ ਸਕੂਲ ਦੀ ਤਾਂ ਕਿੱਦਾਂ ਤੁਹਾਨੂੰ ਬਾਕੀ ਸਕੂਲਾਂ ਨਾਲੋਂ ਇਹ ਸਕੂਲ ਵੱਖ ਲੱਗਦਾ ਆ ਬਹੁਤ ਜ਼ਿਆਦਾ ਲੱਗਦਾ ਬਹੁਤ ਵਧੀਆ ਅਗਰ ਟੀਚਰ ਸਾਹਿਬਾਨ ਦੀ ਗੱਲ ਕੀਤੀ ਜਾਵੇ ਖਾਣਾ ਵੀ ਦਿੱਤਾ ਜਾਂਦਾ ਆ ਕਿਸ ਤਰ੍ਹਾਂ ਟੀਚਰ ਸਾਹਿਬਾਨ ਦਾ ਜਿਹੜਾ ਸਹਿਯੋਗ ਹੈ ਕਿੱਦਾਂ ਦਾ ਬੁਰੇ ਵਧੀਆ ਬਹੁਤ ਵਧੀਆ ਆ ਸੋ ਤਸਵੀਰਾਂ ਤੁਹਾਨੂੰ ਕੁਝ ਹੋਰ ਵੀ ਦਿਖਾ ਦਿੰਦੇ ਹਾਂ ਇਹ ਨਹੀਂ ਹੈ ਕਿ ਸਕੂਲ ਵਧੀਆ ਇੱਥੋਂ ਦੀ ਬਿਲਡਿੰਗ ਅਗਰ ਤੁਸੀਂ ਦੇਖੋਗੇ ਤਾਂ ਬਹੁਤ ਖੂਬਸੂਰਤ ਜਿਹੜੀ ਬਿਲਡਿੰਗ ਬਣਾਈ ਗਈ ਹੈ ਬਿਲਡਿੰਗ ਦੇ ਨਾਲ ਅਗਰ ਤੁਸੀਂ ਗਰਾਊਂਡ ਦੇਖੋ ਗਰਾਊਂਡ ਵੀ ਖੂਬਸੂਰਤ ਹੈ ਔਰ ਨਾਲ ਦੀ ਨਾਲ ਪੂਰੀ ਬਿਲਡਿੰਗ ਦੀਆਂ ਤਸਵੀਰਾਂ ਦਿਖਾ ਦਿੰਦੇ ਨੇ ਬਿਲਡਿੰਗ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਕਾਫੀ ਕੁਝ ਦੇਖ ਸਕਦੇ ਹੋ ਨਾਲ ਦੀ ਨਾਲ ਬਹੁਤ ਹੀ ਖੂਬਸੂਰਤ ਅਗਰ ਪਾਰਕ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਦੇ ਵਿੱਚ ਪਾਰਕ ਵੀ ਹੈ ਅਸੀਂ ਤੁਹਾਨੂੰ ਪਾਰਕ ਦੀਆਂ ਕੁਝ ਤਸਵੀਰਾਂ ਦਿਖਾ ਦਿੰਦੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਪਾਰਕ ਜਿਹੜੀ ਹੈ ਸਜਾਈ ਗਈ ਹੈ ਦੇਖੋ ਇਹ ਬਹੁਤ ਹੀ ਇਨਵਾਇਰਮੈਂਟ ਦਾ ਖਾਸ ਧਿਆਨ ਰੱਖਿਆ ਗਿਆ ਆ ਅਗਰ ਪਾਰਕ ਦੀ ਗੱਲ ਕੀਤੀ ਜਾਵੇ ਬੱਚਿਆਂ ਦੇ ਬੈਠਣ ਵਾਸਤੇ ਜੀ ਹਾਂ ਅਗਰ ਪਾਰਕ ਦੀ ਗੱਲ ਕੀਤੀ ਜਾਵੇ ਬੱਚਿਆਂ ਦੇ ਬੈਠਣ ਵਾਸਤੇ ਡੈਸਕ ਲੱਗਾ ਹੋਇਆ ਔਰ ਅਗਰ ਗੱਲ ਕੀਤੀ ਜਾਵੇ ਆਲੇ ਦੁਆਲੇ ਦੀ ਤਾਂ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਫਲਾਂ ਦੇ ਨਾਲ ਭਰੇ ਹੋਏ ਟ੍ਰੀ ਦੇਖ ਸਕਦੇ ਹੋ ਪੂਰੇ ਇਨਵਾਇਰਮੈਂਟ ਦਾ ਧਿਆਨ ਰੱਖਿਆ ਗਿਆ ਆ ਨੀਚੇ ਜਿਹੜੀ ਹੈ ਗ੍ਰੀਨ ਗਰਾਸ ਹੈ ਔਰ ਪੂਰਾ ਜਿਹੜਾ ਇਨਵਾਇਰਮੈਂਟ ਹੈ ਬਹੁਤ ਹੀ ਖੂਬਸੂਰਤ ਹੈ ਇਸ ਪਾਰਕ ਦਾ ਨਜ਼ਾਰਾ ਵੀ ਅਗਰ ਦੇਖਿਆ ਜਾਵੇ ਤਾਂ ਬਹੁਤ ਹੀ ਅਦਭੁਤ ਹੈ ਹਾਂ ਸੋ ਅਗਰ ਤੁਸੀਂ ਤਸਵੀਰਾਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿੱਦਾਂ ਫਲਦਾਰ ਰੁੱਖ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਰੁੱਖ ਘਟਦੇ ਜਾ ਰਹੇ ਨੇ ਉੱਥੇ ਬਹੁਤ ਹੀ ਖੂਬਸੂਰਤ ਫਲਾਂ ਵਾਲੇ ਰੁੱਖ ਜੀ ਹਾਂ ਇੱਥੇ ਇੱਕ ਗੱਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਫਲਾਂ ਵਾਲੇ ਰੁੱਖ ਜਿਹੜਾ ਹੈ ਪੰਜਾਬ 'ਚ ਬਹੁਤ ਘੱਟ ਨੇ ਜਿਹਦੇ ਕਰਕੇ ਲਗਾਤਾਰ ਪਸ਼ੂ ਪੰਛੀ ਜੀ ਹਾਂ ਪੰਛੀਆਂ ਦਾ ਖਾਣਾ ਆਹਾਰ ਹੈ ਫਲਾਂ ਵਾਲੇ ਰੁੱਖ ਜੋ ਕਿ ਬਹੁਤ ਘੱਟ ਨੇ ਔਰ ਤੁਸੀਂ ਇਸ ਸਕੂਲ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਫਲਾਂ ਵਾਲੇ ਰੁੱਖ ਨੇ ਨਾਲ ਦੀ ਨਾਲ ਦੂਸਰੇ ਪਾਸੇ ਅਗਰ ਤਸਵੀਰਾਂ ਦੇਖ
ਦੇਖ ਰਹੇ ਹੋ ਤੇ ਲੜਕੀਆਂ ਵਾਸਤੇ ਅਲੱਗ ਹੋਸਟਲ ਤਿਆਰ ਕੀਤਾ ਜਾ ਰਿਹਾ ਆ। ਦੋਸਤੋ ਸੁਭਾਸ਼ ਚੰਦਰ ਸ਼ਾਸਤਰੀ ਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਗੱਲਬਾਤ ਕਰਾਂਗੇ। ਸਰ, ਕਿੱਦਾਂ ਦਾ ਅਨੁਭਵ ਹੈ ਇਸ ਆਸ਼ਰਮ ਦਾ ਤੁਹਾਡੇ ਨਾਲ ਜੁੜਿਆ ਹੋਇਆ? ਸਰ ਸਰ ਅਨੁਭਵ ਕੀ ਕਹਾਂ, ਤਾਂ ਜ਼ਿੰਦਗੀ ਬਣ ਗਈ ਹੈ ਸਾਡੀ ਹੁਣ ਤਾਂ। ਅਤੇ ਆਪਾਂ ਪਹਿਲਾਂ ਰਿਲੀਜੀਅਸ ਫੀਲਡ ਦੇ ਵਿੱਚ ਕੰਮ ਕਰਦੇ ਹੁੰਦੇ ਸੀ, ਪਰ ਲੋਕਾਂ ਨੂੰ ਇਕੱਲਾ ਉਪਦੇਸ਼ ਹੀ ਦਿੰਦੇ ਰਹਿ ਗਏ। ਸਾਨੂੰ ਪਤਾ ਹੀ ਨਹੀਂ ਸੀਗਾ ਸੇਵਾ ਦਾ ਮਹੱਤਵ ਕੀ ਹੁੰਦਾ, ਸੇਵਾ ਕਿੱਦਾਂ ਕਰੀ ਦੀ। ਜਦੋਂ ਬਾਬਾ ਜੀ ਨੂੰ ਮਿਲਿਆ ਮੈਂ, ਅਤੇ ਇਹਨਾਂ ਦਾ ਜਦੋਂ ਉਪਰਾਲਾ ਦੇਖਿਆ, ਬੱਚਿਆਂ ਦੇ ਸੇਵਾ ਕਰਨ ਦਾ ਤਰੀਕਾ ਦੇਖਿਆ ਅਤੇ ਕਿੱਦਾਂ ਕਰਦੇ ਆ, ਉਸ ਤੋਂ ਬਾਅਦ ਬਸ 2009 ਦੇ ਵਿੱਚ ਮੈਂ ਆਸ਼ਰਮ ਨਾਲ ਜੁੜਿਆ ਅਤੇ ਫਿਰ ਆਸ਼ਰਮ ਦਾ ਹੀ ਬਣ ਕੇ ਰਹਿ ਗਿਆ। ਫਿਰ ਆਸ਼ਰਮ ਹੀ ਜ਼ਿੰਦਗੀ ਬਣ ਗਈ। ਅਤੇ ਲੋਕ, ਕਈ ਲੋਕ ਹੈਗੇ ਆ ਜਿਹੜੇ ਤਰਸਦੇ ਆ ਕਿ ਕਿਸੇ ਦੇ ਇੱਕ ਬੱਚਾ ਹੋ ਜਾਵੇ, ਅਤੇ ਸਾਨੂੰ ਪਰਮਾਤਮਾ ਨੇ ਕਿੰਨੇ ਸਾਰੇ ਬੱਚੇ ਦੇ ਦਿੱਤੇ, ਇੰਨੀਆਂ ਅੱਛੀ ਅੱਛੀ ਰੂਹਾਂ ਸਾਨੂੰ ਦੇ ਦਿੱਤੀਆਂ, ਸੇਵਾ ਕਰਨ ਦਾ ਮੌਕਾ ਦਿੱਤਾ। ਅਤੇ ਅੱਜ ਮੇਰੀ ਜ਼ਿੰਦਗੀ ਆਸ਼ਰਮ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਮੈਂ ਆਸ਼ਰਮ ਦੇ ਵਿੱਚ ਰਹਿੰਦਾ ਅਤੇ ਇਹਨਾਂ ਬੱਚਿਆਂ ਦੀ ਸੇਵਾ ਕਰਨ 'ਤੇ। ਕਹਿੰਦੇ ਗੱਲਾਂ ਤੱਕ ਸੀਮਤ ਨਹੀਂ ਰਿਹਾ, ਆਸ਼ਰਮ ਦੇ ਵਿੱਚ ਜਿਹੜਾ ਆ ਸੇਵਾ ਕਰਦੇ ਨੇ ਔਰ ਸੇਵਾ ਦਾ ਮਹੱਤਵ ਵੀ ਜਿਹੜਾ ਆ ਜਾਣਦੇ ਨੇ। ਕੁਝ ਹੋਰ ਗੱਲਾਂ ਬਾਤਾਂ ਕਰਾਂਗੇ ਸਰ। ਕਦੇ ਸਪੈਸ਼ਲ ਕੁਝ ਅਜਿਹੇ ਕੇਸ ਵੀ ਆਏ ਜਿਨ੍ਹਾਂ ਨੇ ਅੱਖਾਂ ਦੇ ਵਿੱਚ ਪਾਣੀ ਲੈ ਕੇ ਆ ਗਏ? ਸਰ, ਬਹੁਤ ਸਾਰੇ ਕੇਸ ਆਉਂਦੇ ਆ, ਕਈ ਕੇਸ ਇੱਦਾਂ ਦੇ ਆਏ ਆ ਕਿ ਬੱਚੇ ਜਿੱਦਾਂ ਰੋਟੀ ਨਹੀਂ ਮਿਲੀ ਹੈ। ਇੱਕ ਬੱਚਾ ਸਾਡੇ ਕੋਲ ਸ਼ੁਰੂ 'ਚ ਆਇਆ ਸੀਗਾ, ਜਿਹਦੇ ਮਤਲਬ 19 ਜੂਂ ਜਿਹੜੇ ਜੂਏ ਹੁੰਦੇ ਆ ਉਹ ਜਾਨਵਰਾਂ ਦੇ ਨਹੀਂ ਹੋਣਗੇ, ਜਿੰਨੇ ਜੂਏ ਉਹਦੇ ਪਏ ਸੀਗੇ। ਕਈ ਬੱਚੇ ਇੱਦਾਂ ਦੇ ਆਉਂਦੇ ਆ ਜਿਨ੍ਹਾਂ ਨੂੰ ਜੇ ਤੁਸੀਂ ਮੂੰਹ ਦੇ ਵਿੱਚ ਰੋਟੀ ਪਾਓਗੇ ਤਾਂ ਉਹਨਾਂ ਨੇ ਰੋਟੀ ਖਾਣੀ ਹੈ, ਜੇ ਨਹੀਂ ਪਾਓਗੇ ਉਹਨਾਂ ਨੇ ਰੋਟੀ ਨਹੀਂ ਖਾਣੀ ਹੈ। ਬਹੁਤ ਸਾਰੇ ਇੰਸੀਡੈਂਟ ਸਾਡੇ ਨਾਲ ਇੱਦਾਂ ਹੋਏ ਆ, ਜਦੋਂ ਬੱਚੇ ਭੱਜ ਕੇ ਸਾਰੇ ਕਿਤੇ, ਜੇ 2 ਮਿੰਟ ਲਈ ਬਾਹਰ ਜਾਓ ਅਤੇ ਜਦੋਂ ਬੱਚੇ ਆ ਕੇ ਚਿੰਬੜ ਜਾਂਦੇ, ਸਾਸ਼ ਜੀ ਕਿੱਥੇ ਗਏ ਸੀ, ਤੁਸੀਂ ਮਿਲਦੇ ਉਹਨਾਂ ਨੂੰ, ਉਦੋਂ ਜਿਹੜਾ ਸਕੂਨ ਮਿਲਦਾ, ਜਿਹੜੀ ਖੁਸ਼ੀ ਮਿਲਦੀ ਹੈ, ਉਹ ਆਂਸੂ ਤਾਂ ਲਿਆਉਂਦੀ ਪਰ ਉਹ ਖੁਸ਼ੀ ਵਾਲੇ ਆਂਸੂ ਹੁੰਦੇ ਆ। ਉਹ ਇਹ ਫੀਲ ਕਰਾਉਂਦੇ ਆ ਕਿ ਅਸੀਂ ਮਤਲਬ ਕੁਛ ਚੰਗਾ ਕਰਮ ਕਰ ਰਹੇ ਹਾਂ, ਅਤੇ ਮੈਂ ਕੌਣ ਹੁੰਦਾ ਕਰਨ ਵਾਲਾ, ਪਰਮਾਤਮਾ ਕਰਾ ਰਿਹਾ, ਬਾਬਾ ਜੀ ਦੀ ਕਿਰਪਾ, ਉਹਨਾਂ ਦਾ ਆਸ਼ੀਰਵਾਦ ਜਿਹੜਾ ਅਸੀਂ ਕਰ ਰਹੇ ਹਾਂ ਅਤੇ ਪਰਮਾਤਮਾ ਨੇ ਸਾਨੂੰ ਇਹ ਮੌਕਾ ਦਿੱਤਾ ਇਸ ਕੰਮ ਨੂੰ ਕਰਨ ਲਈ। ਕਹਿੰਦੇ ਨੇ ਕਿ ਰੂਹ ਨੂੰ ਜ਼ਰੂਰ ਸਕੂਨ ਮਿਲਦਾ ਆ ਜਿਸ ਸਮੇਂ ਬੱਚਿਆਂ ਦੇ ਨਾਲ ਜਦੋਂ ਬੱਚੇ ਇਹ ਬਾਹਰ ਕਿਤੇ ਜਾਂਦੇ ਨੇ ਅਤੇ ਬੱਚੇ ਇਹਨਾਂ ਦਾ ਇੰਤਜ਼ਾਰ ਕਰਦੇ ਨੇ। ਅਗਰ ਗੱਲ ਕੀਤੀ ਜਾਵੇ ਇੱਕ ਫੈਮਲੀ ਦੀ ਤਰ੍ਹਾਂ ਇੱਥੋਂ ਦਾ ਮਾਹੌਲ ਹੈ। ਅਗਰ ਤਸਵੀਰਾਂ ਤੁਸੀਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਦੇ ਹਾਂ, ਦੇਖ ਸਕਦੇ ਹੋ ਕਿ ਬੱਚੇ ਕਿਸ ਤਰ੍ਹਾਂ ਜਿਹੜੇ ਨੇ ਖੇਡ ਰਹੇ ਨੇ। ਇਹ ਅਗਰ ਹਰ ਬੱਚੇ ਦੀ ਗੱਲ ਕੀਤਾ ਜਾਵੇ ਤਾਂ ਕੁਝ ਇਹ ਜਿਹੜੇ ਹੈਗੇ, ਤੁਸੀਂ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਵੈਨ ਹੈ। ਇਹ ਵੈਨ ਜਿਹੜੀ ਹੈ ਲੈ ਕੇ ਆਉਂਦੀ ਹੈ ਬੱਚਿਆਂ ਨੂੰ ਛੱਡ ਕੇ ਆਉਂਦੀ ਹੈ। ਇਹ ਉਹ ਬੱਚੇ ਨੇ ਜੋ ਝੁੱਗੀ ਝੌਂਪੜੀ ਵਾਲੇ ਨੇ ਜਿਨ੍ਹਾਂ ਨੂੰ ਇਹ ਆਸ਼ਰਮ ਜਿਹੜਾ ਆ ਲਗਾਤਾਰ ਪੜ੍ਹਾਉਂਦਾ ਆ, ਜਿੱਥੇ ਕਿ ਪੜ੍ਹਾ ਰਿਹਾ ਉੱਥੇ ਖਾਣਾ ਵੀ ਖਿਲਾਉਂਦਾ ਆ। ਔਰ ਇਸ ਤੋਂ ਇਲਾਵਾ ਇੱਥੋਂ ਦੇ ਜਿਹੜੇ ਬੱਚੇ ਨੇ, ਜੀ ਹਾਂ ਅਗਰ ਗੱਲ ਕੀਤੀ ਜਾਵੇ ਇੱਥੋਂ ਦੇ ਬੱਚਿਆਂ ਦੀ, ਤਾਂ ਇੱਥੋਂ ਦੇ ਬੱਚੇ ਜਿਹੜੇ ਨੇ ਉਹਨਾਂ ਨੇ ਕਈ ਅਵਾਰਡ ਵੀ ਨੈਸ਼ਨਲ ਲੈਵਲ ਦੇ ਉੱਤੇ ਅਵਾਰਡ ਵੀ ਜਿੱਤੇ ਨੇ। ਕੁਝ ਹੋਰ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਸ਼ਾਸਤਰੀ ਜੀ ਦੇ ਨਾਲ, ਤਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਅਵਾਰਡ ਜਿਹੜੇ ਨੇ ਇੱਥੋਂ ਦੇ ਬੱਚਿਆਂ ਨੇ ਜਿੱਤੇ ਨੇ। ਹਾਂਜੀ ਸ਼ਾਸਤਰੀ ਜੀ, ਅਗਰ ਕੁਝ ਬੱਚਿਆਂ ਦੀ ਗੱਲ ਕੀਤੀ ਜਾਵੇ, ਇੰਟੈਲੀਜੈਂਸ ਦੀ ਗੱਲ ਕੀਤੀ ਜਾਵੇ ਜਾਂ ਵਿਜ਼ਡਮ ਦੀ ਗੱਲ ਕੀਤੀ ਜਾਵੇ, ਤਾਂ ਕੁਝ ਬੱਚੇ ਜਿਹੜੇ ਅਜਿਹੇ ਵੀ ਕੇਸ ਨੇ ਜਿਹੜੇ ਕਿ ਨਿਖਰ ਕੇ ਜਿਹੜੇ ਉਹਨਾਂ ਦੀ ਜਿਹੜੀ ਪ੍ਰਤਿਭਾ ਹੈ ਸਾਹਮਣੇ ਆਈ? ਸਰ, ਸ਼ੁਰੂਆਤ ਦੇ ਵਿੱਚ ਜਦੋਂ ਬਾਬਾ ਜੀ ਇਹ ਮਿਸ਼ਨ ਲੈ ਕੇ ਚੱਲੇ ਸੀਗੇ, ਸਾਡੇ ਕੋਲ 14-14 ਸਾਲ ਦੇ ਬੱਚੇ, 15-15 ਸਾਲ ਦੇ ਬੱਚੇ ਆਏ ਸੀਗੇ, ਜਿਹੜੇ ਬੱਚੇ ਮਤਲਬ ਕਦੇ ਸਕੂਲ ਗਏ ਨਹੀਂ ਸੀ, ਉਹਨਾਂ ਨੂੰ ਪਤਾ ਨਹੀਂ ਸੀਗਾ ਉਹਨਾਂ ਬੱਚਿਆਂ ਨੂੰ ਅਸੀਂ ਪੜ੍ਹਨਾ ਕਿਵੇਂ ਆ ਅਤੇ ਪੜ੍ਹਾਈ ਦਾ ਮਹੱਤਵ ਕੀ ਹੈ, ਕਿਉਂ ਪੜ੍ਹਾਈ ਕਰਨੀ ਚਾਹੀਦੀ ਹੈ, ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪੜ੍ਹਾਉਣਾ ਵੀ ਬੱਚਿਆਂ ਨੂੰ ਲਾਲਚ ਦੇ ਕੇ ਘਰੋਂ ਲਿਆਉਣਾ, ਟਰਾਂਸਪੋਰਟ ਫ੍ਰੀ ਪ੍ਰੋਵਾਈਡ ਕਰਦੇ, ਅਸੀਂ ਘਰੋਂ ਬੱਚਿਆਂ ਨੂੰ ਲੈ ਕੇ ਆਉਣਾ, ਬੱਚਿਆਂ ਨੂੰ ਛੱਡਣਾ, ਯੂਨੀਫਾਰਮ, ਸਟੇਸ਼ਨਰੀ, ਸਪੀਚ ਥੈਰੇਪੀ, ਫਿਜੀਓਥੈਰੇਪੀ, ਕੰਪਿਊਟਰ ਐਜੂਕੇਸ਼ਨ, ਸਪੈਸ਼ਲ ਐਜੂਕੇਸ਼ਨ, ਸਭ ਕੁਝ ਫ੍ਰੀ ਆਫ ਕੋਸਟ ਪ੍ਰੋਵਾਈਡ ਕਰ ਰਹੇ ਆ। ਅਤੇ ਅੱਜ ਉਹ ਬੱਚੇ ਜਿਹੜੇ ਸਰ ਚੀਕੂ ਅਤੇ ਆਲੂ ਦੇ ਵਿੱਚ ਕੀ ਡਿਫਰੈਂਸ ਹੁੰਦਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਸੀ, ਜਿਹੜੇ ਬੱਚੇ ਚਮਚ ਕਿੱਦਾਂ ਯੂਜ਼ ਕਰਨੀ ਰੋਟੀ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਸੀ ਰੋਟੀ ਖਾਣ ਲੱਗੇ, ਅੱਜ ਉਹ ਬੱਚੇ ਜਿਨ੍ਹਾਂ ਦੀ ਲੈਂਗੁਏਜ ਪ੍ਰੋਬਲਮ ਸੀਗੀ, ਸਮਝ ਨਹੀਂ ਸਕਦੇ ਸੀ, ਬੋਲ ਨਹੀਂ ਸਕਦੇ, ਅੱਜ ਉਹ ਬੱਚੇ ਪੰਜਾਬੀ ਕੀ, ਹਿੰਦੀ ਕੀ, ਇੰਗਲਿਸ਼ ਕੀ, ਫਰਾਟੇਦਾਰ ਬੋਲਦੇ, ਤੁਸੀਂ ਮਿਲੇ ਉਹ ਬੱਚਿਆਂ ਨੂੰ, ਤੁਸੀਂ ਜਾਣਦੇ ਹੋ ਫਰਾਟੇਦਾਰ ਇੰਗਲਿਸ਼ ਬੋਲ ਸਕਦੇ ਆ, ਪੰਜਾਬੀ ਬੋਲ ਸਕਦੇ ਆ, ਹਿੰਦੀ ਲਿਖ ਸਕਦੇ, ਪੜ੍ਹ ਸਕਦੇ, ਰਾਈਟਿੰਗ ਉਹਨਾਂ ਦੀ ਜਿਹੜਾ ਵੀ ਆਉਂਦਾ ਦੰਗ ਰਹਿ ਜਾਂਦਾ, ਇੰਨੀ ਸੋਹਣੀ ਰਾਈਟਿੰਗ ਉਹਨਾਂ ਦੀ। ਉਸ ਤੋਂ ਬਾਅਦ ਜਿਹੜੇ ਬੱਚੇ ਸਾਡੇ ਸਪੈਸ਼ਲ ਬੱਚੇ ਆ, ਉਹ ਬੱਚੇ ਡਿਸਟ੍ਰਿਕਟ ਲੈਵਲ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ, ਸਟੇਟ ਲੈਵਲ 'ਤੇ ਗੋਲਡ ਮੈਡਲ ਲੈ ਕੇ, ਨੈਸ਼ਨਲ ਲੈਵਲ ਤੱਕ ਅਹਿਮਦਾਬਾਦ ਤੱਕ ਜਾ ਕੇ ਸਾਡੇ ਬੱਚੇ ਗੋਲਡ ਮੈਡਲ ਲੈ ਕੇ ਆਏ। ਜਦੋਂ ਉਹ ਬੱਚੇ ਗੋਲਡ ਮੈਡਲ ਲੈ ਕੇ, ਉਦੋਂ ਸਾਨੂੰ ਪ੍ਰਾਊਡ ਫੀਲ ਹੋਇਆ ਕਿ ਅਸੀਂ ਜਿਹੜੇ ਪਾਸੇ ਲੱਗੇ ਸੀਗੇ, ਜਿਹੜੇ ਬੱਚੇ ਸਮਾਜ ਤੋਂ ਨੈਗਲੈਕਟ ਕੀਤੇ ਹੋਏ ਸੀ, ਵਿਚਾਰੇ ਸੀਗੇ, ਜਿਹੜੇ ਕਿਸੇ ਦੇ ਮੁਹਤਾਜ ਸੀਗੇ, ਅੱਜ ਉਹ ਬੱਚੇ ਆਪਣੇ ਦਮ ਦੇ ਉੱਤੇ, ਸਾਡੀ ਮਿਹਨਤ ਸਫਲ ਹੋਈ ਕਿ ਮੈਡਲ ਲੈ ਕੇ ਆਏ, ਨੈਸ਼ਨਲ ਲੈਵਲ 'ਤੇ ਲੈ ਕੇ ਆਏ, ਉਦੋਂ ਸਾਨੂੰ ਪ੍ਰਾਊਡ ਫੀਲ ਹੋਇਆ ਕਿ ਇਹ ਬੱਚੇ ਬਹੁਤ ਕੁਛ ਕਰ ਸਕਦੇ ਆ, ਬਸ ਇਹਨਾਂ ਨੂੰ ਕੋਈ ਸਪੋਰਟ ਕਰਨ ਵਾਲਾ ਚਾਹੀਦਾ ਅਤੇ ਅੱਛੀ ਗਾਈਡ ਮਿਲਣੀ ਜ਼ਰੂਰੀ ਹੈ।
ਇਹ ਬੱਚੇ ਬਹੁਤ ਕੁਝ ਕਰ ਸਕਦੇ ਨੇ ਅਗਰ ਜਿਹੜੇ ਅੱਛੀ ਗਾਈਡੈਂਸ ਜਿਹੜੀ ਆ ਇਹਨਾਂ ਨੂੰ ਮਿਲੇ। ਮੇਰੀ ਜਿਹੜੀ ਅਪੀਲ ਹੈ, ਜੀ ਹਾਂ, ਜਿਹੜੇ ਵੀ ਸਰੋਤੇ ਸਾਨੂੰ ਦੇਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਨੇ, ਇਹ ਉਹ ਬੱਚੇ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਾਫੀ ਤਦਾਦ ਦੇ ਵਿੱਚ ਬੱਚੇ ਨੇ ਔਰ ਇੰਨੇ ਬੱਚਿਆਂ ਨੂੰ ਸੰਭਾਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਆ। ਮੇਰੀ ਜਿਹੜੀ ਆ ਸਪੈਸ਼ਲ ਅਪੀਲ ਹੈ ਕਿ ਅਜਿਹੇ ਬੱਚਿਆਂ ਦੀ ਮਦਦ ਕਰਨ ਦੇ ਨਾਲ ਪਰਮਾਤਮਾ ਖੁਸ਼ ਹੁੰਦਾ ਆ, ਸੋ ਸਾਨੂੰ ਵੀ ਇਹਨਾਂ ਵਾਂਗ ਜਿਹੜਾ ਆ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਕੁਝ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ। ਕੁਝ ਬੱਚਿਆਂ ਨਾਲ ਫਿਰ ਗੱਲਬਾਤ ਕਰ ਦਿੰਦੇ ਹਾਂ। ਕੀ ਨਾਮ ਹੈ ਤੁਹਾਡਾ? ਸਤਜੋਤ। ਕਿੰਨੀ ਕਲਾਸ 'ਚ ਪੜ੍ਹਦੇ ਹੋ ਸਤਜੋਤ? ਦੂਸਰੀ। ਸਤਜੋਤ, ਕਦੋਂ ਤੋਂ ਸਕੂਲ ਆ ਰਹੇ ਹੋ ਇੱਥੇ? ਕਿੱਦਾਂ ਦਾ ਮਾਹੌਲ ਹੈ ਸਕੂਲ ਦਾ ਅਗਰ ਗੱਲ ਕੀਤੀ ਜਾਵੇ ਤਾਂ? ਕੀ ਮਿਲਦਾ ਸਕੂਲ ਦੇ ਵਿੱਚ? ਖਾਣ ਪੀਣ ਨੂੰ ਮਿਲਦਾ, ਪੜ੍ਹਨ ਨੂੰ ਮਿਲਦਾ? ਹਾਂਜੀ ਹਾਂ। ਕੀ ਨਾਮ ਹੈ? ਗੁਰਪ੍ਰੀਤ। ਹਾਂ, ਗੁਰਪ੍ਰੀਤ ਜੀ ਮੇਰੇ ਨਾਲ ਹੈ ਅਤੇ ਗੁਰਪ੍ਰੀਤ ਨਾਲ ਗੱਲ ਕਰਦੇ ਹਾਂ। ਗੁਰਪ੍ਰੀਤ, ਇੰਨੀ ਸੋਹਣੀ ਡਰੈਸ ਪਾਈ ਹੋਈ ਆ, ਕਿਹਨੇ ਦਿੱਤੀ? ਸਕੂਲ ਵਾਲਿਆਂ ਨੇ। ਵਧੀਆ ਲੱਗਦਾ ਸਕੂਲੇ ਆਉਣਾ? ਦੋਸਤੋ, ਦੇਖ ਸਕਦੇ ਹੋ ਬੱਚੇ ਥੋੜ੍ਹੇ ਜਿਹੇ ਸ਼ਰਮਾਉਂਦੇ ਨੇ, ਪਰ ਇਹ ਨਿੱਕੇ ਨਿੱਕੇ ਬੱਚਿਆਂ ਦੀ ਅਗਰ ਤੁਸੀਂ ਤਦਾਦ ਦੇਖ ਸਕਦੇ ਹੋ ਤਾਂ ਬਹੁਤ ਵੱਡੀ ਲਾਈਨ ਹੈ ਜਿਹੜੀ ਕਿ ਲਗਾਤਾਰ ਇਸ ਸਕੂਲ ਦੇ ਵਿੱਚ ਲੈ ਕੇ ਆਉਣਾ ਔਰ ਲੈ ਕੇ ਜਾਣ ਦਾ ਕੰਮ ਹੁੰਦਾ। ਕੀ ਨਾਮ ਹੈ ਤੇਰਾ? ਪੂਜਾ। ਪੂਜਾ, ਕੇ ਗੱਲ ਕੀਤੀ ਜਾਵੇ ਸਕੂਲ ਦੀ ਤਾਂ ਕਿੱਦਾਂ ਦਾ ਸਕੂਲ ਹੈ ਔਰ ਕਿੱਦਾਂ ਜਿਹੜੇ ਕੰਮ ਕਰਦੇ ਆ ਸਕੂਲ ਦੇ ਵਿੱਚ ਇੱਥੇ? ਇਹ ਬਹੁਤ ਅੱਛਾ ਸਕੂਲ ਹੈ ਔਰ ਯਹਾਂ ਪੇ ਸਭ ਲੋਗ ਬਹੁਤ ਅੱਛੀ ਤਰ੍ਹਾਂ ਆਪਣੀ ਰਿਸਪੋਂਸਿਬਿਲਟੀ ਨਿਭਾਤੇ ਔਰ ਅੱਜ ਬਹੁਤ ਅੱਛੀ ਤਰ੍ਹਾਂ ਕੰਮ ਵੀ ਕਰਦੇ ਹੈ। ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਸਕੂਲ ਦੇ ਵਿੱਚ ਆਉਂਦੇ ਆ? 7 ਈਅਰਸ। ਅਗਰ ਗੱਲ ਕੀਤੀ ਜਾਵੇ ਤੁਹਾਡੇ ਫੈਮਿਲੀ ਬੈਕਗ੍ਰਾਉਂਡ ਦੀ ਤਾਂ ਕਿਸ ਤਰ੍ਹਾਂ ਦੀ ਫੈਮਿਲੀ ਦੇ ਵਿੱਚ ਤੁਸੀਂ ਰਹਿੰਦੇ ਹੋ? ਗਰੀਬ ਫੈਮਿਲੀ ਹੈ, ਗਾਰਡਨਰ ਪਾਪਾ ਕੰਮ ਕਰਦੇ ਹੈ ਔਰ ਠੀਕ ਹੈ ਫੈਮਿਲੀ। ਜੀ ਹਾਂ, ਇਹ ਉਹ ਬੱਚੇ ਨੇ ਜੋ ਕਿ ਬਹੁਤ ਜ਼ਿਆਦਾ ਜਿਹੜੇ ਗਰੀਬ ਘਰਾਂ ਤੋਂ ਨੇ, ਪਰ ਅਗਰ ਇਹਨਾਂ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਸਕੂਲ ਦੇ ਲੋਕਾਂ ਦਾ ਕਹਿਣਾ ਕਿ ਇਹ ਫਰਿਸ਼ਤੇ ਨੇ, ਸੋ ਫਰਿਸ਼ਤਿਆਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਕੀ ਨਾਮ ਹੈ ਤੁਹਾਡਾ? ਉਰਮਿਲਾ। ਉਰਮਿਲਾ, ਕਿਸ ਤਰ੍ਹਾਂ, ਕਿੰਨਵੀਂ 'ਚ ਪੜ੍ਹਦੇ ਹੋ ਤੁਸੀਂ? 8ਵੀਂ 'ਚ ਪੜ੍ਹਦੇ ਹਾਂ। ਅਗਰ ਗੱਲ ਕੀਤੀ ਜਾਵੇ ਪੜ੍ਹਾਉਣ ਦਾ ਸਿਸਟਮ ਕਿੱਦਾਂ ਦਾ ਇੱਥੋਂ ਦਾ? ਇੱਥੇ ਸਿਸਟਮ ਬਹੁਤ ਵਧੀਆ, ਹਰ ਚੀਜ਼ ਦਾ ਸਾਨੂੰ ਪੜ੍ਹਾਇਆ ਜਾਂਦਾ, ਜਿਵੇਂ ਜਿਹੜੀ ਨੌਲੇਜ ਨਾ ਹੋਵੇ ਉਹਦੇ ਵਿੱਚ ਬਾਰੇ ਵੀ ਪੜ੍ਹਾਇਆ ਜਾਂਦਾ ਸਾਨੂੰ, ਜਿਹੜੀ ਬਾਰੇ ਜਿਹਨਾਂ ਚਾਹੀਦਾ ਉਹਦੇ ਬਾਰੇ ਪਤਾ ਜਾਂਦਾ, ਸਭ ਕੁਛ ਪਤਾ, ਸਭ ਕੁਝ ਪੜ੍ਹਾਇਆ ਜਾਂਦਾ। ਕੀ ਨਾਮ ਹੈ ਜੀ? ਸ਼ੀਲਾ। ਸ਼ੀਲਾ, ਸ਼ੀਲਾ, ਅਗਰ ਗੱਲ ਕੀਤੀ ਜਾਵੇ ਇਸ ਸਕੂਲ ਦੀ ਤਾਂ ਇਸ ਸਕੂਲ 'ਚੋਂ ਕੀ ਸਿੱਖਣ ਨੂੰ ਮਿਲਦਾ ਹੈ ਤੁਹਾਨੂੰ? ਯਹਾਂ ਪਰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ, ਜੈਸੇ ਕਿ ਹਮੇ ਕਿਸ ਤਰ੍ਹਾਂ ਬੜੋ ਸੇ ਪੈਸੇ ਪੇਸ਼ ਆਉਣਾ ਚਾਹੀਏ, ਛੋਟੇ ਕੋ ਕਿਸ ਤਰ੍ਹਾਂ ਪਿਆਰ ਕਰਨਾ ਚਾਹੀਏ, ਜਾਂ ਫਿਰ ਰੂਲਸ ਰੈਗੂਲੇਸ਼ਨ ਹਮੇ ਸਿੱਖਣ ਕੋ ਮਿਲਤੀ ਹੈ ਜੀ, ਐਸ ਬਹੁਤ ਕੁਛ ਸਿੱਖਣ ਨੂੰ ਮਿਲਦਾ ਮੈਂ। ਸੋ ਅੱਖਾਂ 'ਚ ਕਿਤੇ ਨਾ ਕਿਤੇ ਪਾਣੀ ਆਉਂਦਾ ਆ ਜਦੋਂ ਇਹਨਾਂ ਬੱਚਿਆਂ ਦੀ ਕਹਾਣੀ ਸੁਣਦੇ ਹਾਂ, ਕਿਤੇ ਨਾ ਕਿਤੇ ਕਾਫੀ ਦਰਦਨਾਕ ਆ ਔਰ ਕਾਫੀ ਇਮੋਸ਼ਨਲ ਆ। ਬਹੁਤ ਵੱਡਾ ਕੰਮ ਕਰ ਰਹੇ ਨੇ, ਅਜਿਹੀ ਸੇਵਾ ਜਿਹੜੀ ਹੈ ਇਹ ਸਭ ਤੋਂ ਵੱਡੀ ਜਿਹੜੀ ਹੈ ਸੇਵਾ ਮੰਨੀ ਜਾਂਦੀ ਹੈ, ਜਿਹਦੇ ਵਿੱਚ ਉਹਨਾਂ ਬੱਚਿਆਂ ਨੂੰ ਸੰਭਾਲਣਾ ਜਿਹੜੇ ਕਿ ਖੁਦ ਖਾ ਨਹੀਂ ਸਕਦੇ, ਪੀ ਨਹੀਂ ਸਕਦੇ, ਉਹਨਾਂ ਬੱਚਿਆਂ ਨੂੰ ਪੜ੍ਹਾਉਣਾ ਜਿਹੜੇ ਕਿ ਬਿਲਕੁਲ ਘਰ ਤੋਂ ਗਰੀਬ ਨੇ, ਉਹਨਾਂ ਨੂੰ ਲੈ ਕੇ ਆਉਣਾ ਔਰ ਲੈ ਕੇ ਜਾਣਾ, ਸਾਰਾ ਕੁਛ ਜਿਹੜਾ ਆ ਲਗਾਤਾਰ ਜਿਹੜਾ ਆ ਇੱਥੇ ਹੁੰਦਾ ਆ ਹਰ ਰੋਜ਼ ਜਿਹੜਾ ਆ। ਹੋ ਸਕਦਾ ਕਿ ਕੁਝ ਸਮੇਂ ਵਾਸਤੇ ਜਿਹੜੇ ਆ ਦਰਸ਼ਕ ਜਿਹੜੇ ਆ ਭਾਵੁਕ ਵੀ ਹੋਣ ਅਜਿਹੀਆਂ ਤਸਵੀਰਾਂ ਨੂੰ ਦੇਖ ਕੇ, ਪਰ ਮੇਨ ਮੋਟਿਵ ਇਹ ਹੋਈ ਆ ਕਿ ਅਜਿਹੇ ਲੋਕਾਂ ਦੀ ਜਿਹੜੀ ਆ ਮਦਦ ਜ਼ਰੂਰ ਕਰਨੀ ਚਾਹੀਦੀ ਆ ਜੋ ਕਿ ਸਮਾਜ ਦੇ ਇਸ ਹਿੱਸੇ ਨੂੰ ਜਿਹਨੂੰ ਕਿ ਅਪਣਾਇਆ ਨਹੀਂ ਜਾਂਦਾ ਉਹਨਾਂ ਨੂੰ ਅਪਣਾ ਕੇ ਬੈਠੇ ਨੇ। ਮੇਰਾ ਨਾਮ ਸੁਧਾ ਤੁੱਲੇ ਆ ਜੀ। ਕਿੰਨੀ ਦੇਰ ਤੋਂ ਆ ਰਹੇ ਤੁਸੀਂ? ਅਸੀਂ ਇੱਥੋਂ ਆ ਰਹੇ 15-20 ਸਾਲਾਂ ਤੋਂ ਆ ਰਹੇ ਜੀ। ਬਹੁਤ ਅੱਛਾ ਲੱਗਦਾ, ਮਨ ਨੂੰ ਸ਼ਾਂਤੀ ਮਿਲਦੀ ਹੈ। ਬਾਲਾ ਜੀ ਨੇ ਬਹੁਤ ਵਿਗੜੇ ਕੰਮ ਬਣਾਏ ਆ ਸਾਡੇ, ਬਹੁਤ ਤਕਲੀਫਾਂ ਦੂਰ ਕੀਤੀ ਹੈ। ਸੋ ਦੋਸਤੋ, ਪੰਜਾਬ ਹੈਡਲਾਈਨ ਦੀ ਟੀਮ ਜਿਹੜੀ ਹੈ ਲਗਾਤਾਰ ਤੁਹਾਨੂੰ ਦਿਖਾ ਰਹੀ ਹੈ ਕਿੰਨਾ ਖੂਬਸੂਰਤ ਇਹ ਆਸ਼ਰਮ ਹੈ। ਮੇਰੇ ਨਾਲ ਨੇ ਕੇਵਲ ਮਠਾਰੂ, ਮੈਂ ਤੁਹਾਡਾ ਹੋਸਟ ਤੇ ਦੋਸਤ ਆਰ ਕੇ ਸ਼ਰਮਾ। ਦੇਖਦੇ ਰਹੋ ਪੰਜਾਬ ਹੈਡਲਾਈਨ, ਅਗਲੀ ਵਾਰ ਫਿਰ ਮੁਲਾਕਾਤ ਹੋਏਗੀ ਇੱਕ ਨਵੇਂ ਐਪੀਸੋਡ ਦੇ ਨਾਲ। ਧੰਨਵਾਦ।